ਸੁਆਹ ਬਾਈ ਜੀ ਮਰੂਤੀ ਖੜੀ ਪਈ ਆ ਤੇ ਆ ਸੋ ਕਹਿੰਦੇ ਆਰਮੀ ਕਲਰ ਲੰਡੀ ਜੀਪ ਵੀ ਕਢਾਈ ਆ, ਇੱਥੋਂ ਪਤਾ ਲੱਗਦਾ ਹੈ ਜੱਟ ਦੀ ਚੜ੍ਹਾਈ ਹੈ। ਯਾਰ ਨਾਮ ਮੇਰਾ ਚੇਂਜ ਹੋਇਆ, ਨਾਮ ਮੈਂ ਚੇਂਜ ਕਰੂੰਗਾ, ਨਾਮ ਮੈਂ ਜੋ ਚੇਂਜ ਕਰਦਾ ਨਾ ਕੰਮ। ਸੋ ਹਾਂਜੀ, ਕੀ ਹਾਲ ਚਾਲ ਜੀ ਤੁਹਾਡਾ ਸਾਰਿਆਂ ਦਾ, ਇੱਕ ਵਾਰ ਤੋਂ ਫਿਰ ਸਵਾਗਤ ਹੈ ਬ੍ਰੋ ਸਾਡੇ ਚੈਨਲ ਦੇ ਉੱਤੇ। ਸੋ ਅੱਜ ਅਸੀਂ ਖੇਲਣ ਜਾ ਰਹੇ ਹਾਂ ਫੋਰਜ਼ਾ ਹੋਰਾਇਜ਼ਨ 4, ਆਪਾਂ ਨਵੀਂ ਗੇਮ ਖਰੀਦੀ ਆ, ਸੋ ਆਪਾਂ ਚੈੱਕਆਊਟ ਕਰਦੇ ਹਾਂ ਅਤੇ ਦੇਖਦੇ ਹਾਂ ਬਾਈ ਜੀ ਇਹਦੇ ਵਿੱਚ। ਬਾਈ ਗੱਲਬਾਤ ਇੱਦਾਂ ਕਿ ਗੱਡੀਆਂ ਵਾਲੀਆਂ ਘੈਂਟ ਘੈਂਟ ਆ ਗਈ ਆ। ਸੋ ਮੈਂ ਦੋ ਚਾਰ ਗੱਡੀਆਂ ਬਾਈ ਜੀ ਜਿਹੜੀਆਂ ਸੀਗੀਆਂ ਆਪਣੀਆਂ ਮੋਡੀਫਾਈ ਕਰਾ ਕੇ ਦੇਖ ਚੁੱਕਿਆ ਅਤੇ ਹੁਣ ਫਾਈਨਲੀ ਆਪਣੀ ਵਾਰੀ ਆ ਚੁੱਕੀ ਆ। ਜਿਹੜੀ ਸਭ ਤੋਂ ਸਾਡੀ ਮਹਿੰਗੀ ਗੱਡੀ ਆ ਉਹ ਹੈਗੀ ਆ ਜੀ ਮਰੂਤੀ 800। ਸੋ ਅੱਜ ਆਪਾਂ ਅਪਗ੍ਰੇਡ ਕਰਨ ਜਾ ਰਹੇ ਹਾਂ, ਰੀਬਿਲਟ ਮਤਲਬ ਕਰਾਂਗੇ ਆਪਾਂ ਇੱਕ ਹਿਸਾਬ ਦੀ ਨਾ, ਕੂੜੇ ਦੇ ਵਿੱਚ ਖੜੀ ਪਈ ਆ। ਸੋ ਬਾਈ ਜੀ ਓਲਡ ਇਜ਼ ਗੋਲਡ ਦੀ ਗੱਲਬਾਤ ਹੋ ਗਈ ਤਾਂ ਇੱਥੇ ਆਪਾਂ ਕਰਨੀ ਗੱਲਬਾਤ ਆ ਕਿ ਮੋਡੀਫਾਈ ਕਰਾਉਣੀ ਆ ਮਰੂਤੀ 800। ਸੋ ਪਹਿਲਾਂ ਤਾਂ ਆਪਾਂ ਮਰੂਤੀ 800 ਲੱਭਦੇ ਆਏ ਆ, ਆਹ ਨੇਵਰ ਨੂੰ ਪੁੱਛਿਆ ਸੀਗਾ, ਕਹਿੰਦਾ ਸਾਡੇ ਨੇਵਰ ਗੁਆਂਢ ਵਿੱਚ ਖੜੀ ਪਈ ਆ। ਸੋ ਬਾਈ ਜੀ ਤੁਸੀਂ ਚੈੱਕਆਊਟ ਕਰ ਸਕਦੇ ਆ ਜਾ ਕੇ, ਜੇ ਤੁਹਾਨੂੰ ਲੱਭ ਗਈ ਤਾਂ ਸਹੀ ਆ ਮਤਲਬ। ਸੋ ਉਹਨਾਂ ਨੇ ਸਾਨੂੰ ਲੋਕੇਸ਼ਨ ਦੱਸੀ ਆ ਆਹ ਵਾਲੇ ਘਰ ਦੀ, ਇੱਕ ਵਾਰੀ ਗ੍ਰਾਫਿਕ ਚੈੱਕ ਕਰੋ ਅਤੇ ਇਹਦੀ ਗੱਲਬਾਤ ਚੈੱਕ ਕਰੋ, ਬੜੀ ਘੈਂਟ ਆ ਅਤੇ ਕੈਮ ਆ। ਸੋ ਫਿਲਹਾਲ ਦੇ ਲਈ ਆਪਾਂ ਹਫ਼ਤਾ ਕਾ ਵਾਲੀ ਗੇਮ ਖੇਲਾਂਗੇ, ਇਸ ਤੋਂ ਬਾਅਦ ਆਪਾਂ ਖੇਡੀ ਜਾ ਰਹੇ ਹਾਂ ਫੋਰਜ਼ਾ ਹੋਰਾਇਜ਼ਨ 5। ਸੋ ਮੈਨੂੰ ਆਹ ਵਾਲੇ ਘਰ ਦੇ ਵੈਬਸਾਈਟ 'ਤੇ ਦੱਸੀ ਆ ਕਿ ਮਰੂਤੀ ਖੜੀ ਆ ਬਾਈ। ਓਕੇ ਅੱਛਾ ਜੀ, ਸੋ ਆਹ ਬਾਈ ਜੀ ਮਰੂਤੀ ਖੜੀ ਪਈ ਆ ਅਤੇ ਆਪਾਂ ਨੂੰ ਅੱਜ ਆਹੀ ਡਰਾਈਵ ਕਰਨੀ, ਇਹੀ ਆਪਾਂ ਮੋਡੀਫਾਈ ਕਰਨੀ ਹੈ, ਇਹੀ ਗੱਲਬਾਤ ਆਪਾਂ ਕਰਨੀ ਇਹਦੇ ਵਿੱਚ। ਸੋ ਆਪਾਂ ਚੱਲਦੇ ਹਾਂ ਦੇਖਦੇ ਹਾਂ ਮਰੂਤੀ ਦੀ ਹਾਲਤ ਕੀ ਆ ਅਤੇ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ ਬਾਈ। ਕੋਈ ਆਹ ਕੀ ਹੋ ਗਿਆ ਹਾਲੇ ਤਾਂ ਮੈਂ ਫੋਨ ਤਾਂ ਉੱਦਾਂ ਹੋ ਗਿਆ। ਲਓ ਜੀ ਆਪਾਂ ਚੱਲਦੇ ਹਾਂ ਇਹਨੂੰ ਆਪਣੇ ਗੈਰਾਜ ਦੇ ਵਿੱਚ ਲੈ ਕੇ ਚੱਲਦੇ ਹਾਂ, ਪਹਿਲਾਂ ਮੈਨੂੰ ਮੈਪ 'ਤੇ ਆਉਣ ਲੱਗ ਗਿਆ ਲੋਕੇਸ਼ਨ ਲੱਗ ਦਿਓ। ਓਏ ਆਹ ਕੀ ਹੋਇਆ, ਸੋ ਆਪਾਂ ਇਸ ਵੇਲੇ ਕਿੱਥੇ ਆਪਾਂ ਹੈਗੇ ਹਾਂ ਇੱਥੇ। ਸੋ ਆਪਾਂ ਨੂੰ ਜਾਣਾ ਪੈਣਾ ਕੋਈ ਨੇੜੇ ਵਾਲਾ ਘਰ ਦੇਖਦੇ ਹਾਂ ਬੈਕਸਟੇਜ ਕੀ ਕਰਨਾ ਆਪਾਂ ਜਾ ਕੇ, ਨਹੀਂ ਇੱਥੇ ਤਾਂ ਆਪਾਂ ਜਾਣੀ ਇੱਥੇ ਕਿਉਂਕਿ ਆਪਣਾ ਗੈਰਾਜ ਹੈ ਨਹੀਂਗਾ ਆਪਣੇ ਘਰ ਦੇ ਵਿੱਚ, ਆਹ ਵਾਲਾ ਪੈਂਦਾ ਪਿਆ ਆਪਣੇ ਘਰ ਨੇੜੇ। ਇੱਥੇ ਬਾਈ ਜੀ ਆਪਣਾ ਗੈਰਾਜ ਬਣਿਆ ਪਿਆ, ਆਪਾਂ ਚੱਲਦੇ ਹਾਂ ਇੱਥੇ। ਲੋਕੇਸ਼ਨ ਲੱਗਦੀ ਹੈ 200 ਮੀਟਰਸ ਟਰਨ ਰਾਈਟ। ਓਕੇ ਨਾ ਮੈਂ ਲੋਕੇਸ਼ਨ ਦੇ ਦਿੱਤੀ ਹੈ। ਯੂ ਵਿਲ ਰੇਜ਼ ਯੋਰ ਇਨਫਲੂਐਂਸ ਬਾਈ ਅਰਨਿੰਗ ਸਟਾਰਸ ਫਰਮ ਪੀਆਰ ਸਟੰਟਸ। ਆਈ ਹੈਵ ਸੈਟ ਯੋਰ ਰੂਟ ਟੂ ਵਨ ਨੀਅਰ ਬਾਈ। ਮੈਨੂੰ ਲੱਗਦਾ 100 ਮੀਟਰਸ ਟਰਨ ਰਾਈਟ। ਮਿੱਟੀ 800 ਦਾ ਸਾਰਾ ਕੁਝ ਐਨਾ ਲੋਗ ਤੇ ਵੀ ਇਹਨਾਂ ਨੂੰ ਬਾਅਦ ਵੀ ਸੇਮ ਉਹਦੇ ਵਾਂਗੂ ਕਰ ਰਹੀ ਆ ਉਸ ਤਰ੍ਹਾਂ ਦੀ ਜ਼ਰੂਰੀ ਹੈ ਜਦੋਂ ਦੇਖ ਰਹੀ ਹੈ ਤਾਂ ਸਹੀ ਸਹੀ ਗੱਲ ਹੈ ਇਹ ਲੇਟੇ ਦੇ ਪੱਟੀ ਨੂੰ ਦੇ ਦਿੱਤਾ ਤਾਂ ਕੰਪੈਰੀਜ਼ਨ ਦੇ ਵਿੱਚ ਵੀ ਸਪੀਡ ਹੈਗੀ ਮਤਲਬ ਲਿਮਿਟ ਹੀ ਆ ਸਪੀਡ ਦੀ ਜ਼ਿਆਦਾ ਨਹੀਂ ਹੈਗੀ ਸਪੀਡ 120 ਦੇ ਵੀ ਜਾ ਰਹੀ ਹੈ ਜੀ ਇਹ ਦੂਜਾ ਬਾਰਾ ਦਾ ਭਾਗ ਕਰਦੀ ਰਹੀ ਆ ਓਏ ਓਏ ਕਿਧਰ ਨੂੰ ਪਾਲੀ ਯਾਰ ਯਾਰ ਮੈਨੂੰ ਲੱਗਦਾ ਲੋਕੇਸ਼ਨ ਆਪਣੀ ਇਹਨਾਂ ਨੇ ਗਲਤ ਲਾਤੀ
ਤੇਰੇ ਇੱਕ ਧਮੁੱਕ ਪੈਣਾ ਬੁਰਾ ਲੋਕੇਸ਼ਨ ਲਾਣੀ ਪੈਣੀ ਬ੍ਰੋ ਇਹ ਕਰੀ ਜਾਂਦੀ ਆ ਨਾ ਟੋਕੇ ਬੋਰਡ ਆਪਾਂ ਨੂੰ ਇੱਥੇ ਸਿੱਧੇ ਜਾਣਾ ਸੀ ਆ ਪਤਾ ਨਹੀਂ ਜਿਹੜੀ ਇੱਥੇ ਸਟੰਟ ਸਟੁੰਟ ਹੁੰਦੇ ਜਿੱਦਾਂ ਆ ਗਿਆ ਨਾ ਐਰੋ ਜਿਹਾ ਇੱਥੇ ਸਟੰਟ ਵੀ ਨਹੀਂ ਹੁੰਦੀ ਗੱਲਬਾਤ ਉੱਥੇ ਸਟੰਟ ਤਾਂ ਕਰਨਾ ਨਹੀਂ ਇਹਦਾ ਚੱਲਦੇ ਆਪਣੀ ਮੂਰਤੀ ਲੈ ਗਏ ਮੂਰਤੀ 800 ਇਹਦਾ ਜਿਹੜਾ ਇਨਵਾਇਰਮੈਂਟ ਆ ਨਾ ਜਿਹੜਾ ਇਨਵਾਇਰਮੈਂਟ ਵਾਲਾ ਬਣਦਾ ਉਹ ਗ੍ਰਾਫਿਕ ਜਿਹੜੇ ਹੈਗੇ ਖਰੇ ਪਰ ਜਿਹੜੇ ਫੋਰ ਦਾ ਹੋਰ ਫਾਇਦੇ ਆ ਨਾ ਗ੍ਰਾਫਿਕ ਉਹ ਤਾਂ ਬਾਈ ਇੱਥੇ ਵੀ ਘੈਂਟ ਆ ਆਪਾਂ ਨੂੰ ਆਪਣੀ ਘਰ ਲੈ ਜਾਂਦੇ ਆਪਾਂ ਉੱਥੇ ਬਾਈ ਆਪਾਂ ਅਪਗ੍ਰੇਡ ਕਰਾ ਕੇ ਆਪਾਂ ਲੈ ਕੇ ਜਾਵਾਂਗੇ ਇਹਨੂੰ ਇਹਨੂੰ ਆਪਾਂ ਸੈੱਲ ਕਰਨਾ ਫਿਰ ਜਿੱਦਾਂ ਮਰਜ਼ੀ ਜੀ ਮਤਲਬ ਕਿ ਚਲੋ ਮੂਰਤੀ ਹੈ ਨਹੀਂ ਜਿਹੜੀ ਕੋਈ ਜਿਹੜੀ ਸੀਗੀ ਉਹ ਇੱਕ ਵਾਰਾ ਹੋਈ ਆ ਵਧੀਆ ਹੋਈ ਆ ਉਹਨਾਂ ਵਿੱਚੋਂ ਆਪਾਂ ਇੱਕ ਚੱਕ ਲਈਏ ਚੱਕੇ ਆਪਾਂ ਨੂੰ ਕਰਦੇ ਆ ਮਰੇ ਵਾ ਤੇ ਲੈ ਕੇ ਚੱਲਦੇ ਆ ਪੂਜਾ ਹੋ ਜਾਂਦੀ ਆ ਸੜਕਾਂ ਦੇ ਉੱਤੇ ਹੈ ਬਾਈ ਗੱਡੀ ਵਿੱਚ ਜਾਣ ਤਾਂ ਹੈਗੀ ਮਾੜੀ ਮੋਟੀ ਗੱਲ ਆਪਾਂ ਉਹੀ ਬਸ ਡਰਾਈਵ ਬਣਾ ਰਹੇ ਡੈਸਟੀਨੇਸ਼ਨ ਡੈਸਟੀਨੇਸ਼ਨ ਤਾਂ ਬਾਈ ਉਹੀ ਉਹੀ ਪਲੇਸ ਆ ਜਿੱਥੇ ਆਪਾਂ ਨਾ ਮਤਲਬ ਕਿਹੜੀ ਗੱਡੀ ਸੈੱਲ ਵੀ ਨਹੀਂ ਸੀ ਦੋ ਜੀ ਚਾਰਜਰ ਸੀਗੀ ਬਾਈ ਗਰਾਜ ਜਿੱਥੇ ਆਪਣਾ ਚੱਲੇ ਨੂੰ ਗਰਾਜ ਲੈ ਕੇ ਜਾਣਗੇ ਤੋ ਆਪਾਂ ਨਾ ਸ਼ੈਲ ਵੀ ਨਹੀਂ ਯਾਰ ਡੋਰ ਚਾਰਜਰ ਸੀਗੇ ਨਾ ਜੀ ਆਪਾਂ ਇੱਥੇ ਇੱਥੋਂ ਚੱਕ ਲੈ ਕੇ ਗਏ ਸੀਗੇ ਅਤੇ ਆਹ ਵਾਲ ਆਪਾਂ ਪ੍ਰੋਪਰਟੀ ਵੀ ਖਰੀਦ ਲਈ ਸੀ ਲਾ ਚੈੱਕ ਕਰੋ ਗੱਡੀ ਦਾ ਕੀ ਹੋਇਆ ਪਿਆ ਜਿਹੜੇ ਯਾਰ ਜਿਹੜੇ ਡੈਂਟ ਡੁੰਟ ਆ ਨਾ ਆਹ ਵਾਲੇ ਉਹ ਟੈਂਕੀ ਦੇ ਵਿੱਚ ਇਹਦਾ ਹੋਈ ਜਾਂਦੀ ਆ ਹੈਗਾ ਟੋਕੀਓ ਬੋਰਡ ਆ ਫਿਲਹਾਲ ਦੇ ਲਈ ਬੈਕ ਵੀ ਠੁੱਗੀ ਹੋ ਗਈ ਆ ਇੱਧਰੋਂ ਬਸ ਵੀ ਰਾਈਟ ਸਾਈਡ ਤੋਂ ਵੀ ਇਹਦਾ ਕੁਵਾੜਾ ਹੋਇਆ ਪਿਆ ਸ਼ੀਸ਼ੇ ਦਾ ਬਾਈ ਇਹਦੇ ਗਏ ਖਾਧੇ ਗਏ ਆ ਜੰਗਾਲ ਜੰਗੂਲ ਜਿਹਾ ਜਿਹੜਾ ਲੱਗਿਆ ਸਾਹ ਲਾਣਾ ਜੰਗਾਲ ਬੜੀ ਦੀਪ ਜੰਗਾਲ ਆ ਜੰਗਾਲ ਬਈ ਆਪਾਂ ਜੀ ਦੇਖਾਂਗੇ ਮੋਡੀਫਾਈ ਕਰਾਂਗੇ ਡਿਫਟਰ ਡਿਫਟਰ ਲਾ ਕੇ ਦੇਖਾਂਗੇ ਓਕੇ ਸੋ ਫਿਲਹਾਲ ਦੇ ਲਈ ਆਪਾਂ ਚੱਲਦੇ ਹਾਂ ਇਹਨੂੰ ਕਰਦੇ ਹਾਂ ਮੋਡੀਫਾਈ ਕਰਾ ਕੇ ਸੜਕ ਦਾ ਇਹਨੂੰ ਆਪਾਂ ਵੇਚਣਾ ਬਈ ਜਿੱਦਾਂ ਮਰਜ਼ੀ ਹੈ ਨਾ ਆਪਾਂ ਅਪਗ੍ਰੇਡ ਕਰਾਈ ਤਾਂ ਆਪਾਂ ਇਹਦੇ ਨਾਲ ਦੀਆਂ ਹੋਰ ਲੱਭਾਂਗੇ ਮਰੂਤੀ ਸੁਜ਼ੂਕੀ 800 ਸੋ ਆਪਣੀ ਕਲੈਕਸ਼ਨ ਦੇ ਵਿੱਚ ਗਰਾਜ ਦੇ ਵਿੱਚ ਆਪਾਂ ਖੜੀ ਕਰਾਂਗੇ
ਕੋਈ ਆਪਾਂ ਮਹਿੰਗੀਆਂ ਮਹਿੰਗੀਆਂ ਦੋ ਚਾਰ ਗੱਡੀਆਂ ਖਰੀਦੀਆਂ, ਮਤਲਬ ਇੰਨੀਆਂ ਵੀ ਨਹੀਂ ਹੈਗੀਆਂ ਮਹਿੰਗੀਆਂ, ਸ਼ੈੱਲ ਵੀ ਹੋ ਗਈ ਅਤੇ ਨਾਲ ਬਾਈ ਦੋ ਚਾਰ ਜਿਹੜੀ ਚਾਰਜਰ ਆਪਾਂ ਅਪਗ੍ਰੇਡ ਕਰਾਈ ਸੀ ਉਹ ਆਪਾਂ ਲੈ ਕੇ ਗਏ ਸੀ ਇਹੀ ਘਰ ਤੋਂ, ਇਹੀ ਘਰ ਤੋਂ ਚੱਕ ਕੇ ਆਪਾਂ ਲੈ ਗਏ ਸੀ ਅਤੇ ਆਪਾਂ ਉਹਨੂੰ ਮੋਡੀਫਾਈ ਕਰਾਇਆ ਸੀਗਾ। ਸੋ ਬਾਈ ਐਤਕੀ ਭਾਈ ਹੈਗੀ ਮਰੂਤੀ ਵੀ, ਅਤੇ ਮਰੂਤੀ ਆਪਾਂ ਕਰ ਲਈ ਆ ਮੋਡੀਫਾਈ, ਪਰ ਇਹਦਾ ਰੰਗ ਕਰਨਾ ਭੁੱਲ ਗਿਆ। ਸੋ ਕਹਿੰਦੇ ਆਰਮੀ ਕਲਰ ਲੰਡੀ ਜੀਪ ਵੀ ਕਢਾਈ ਆ, ਇੱਥੋਂ ਪਤਾ ਲੱਗਦਾ ਹੈ ਜੱਟ ਦੀ ਚੜ੍ਹਾਈ ਹੈ। ਸੋ ਬਾਈ ਆਪਾਂ ਇਹਦਾ ਰੰਗ ਰੱਖਾਂਗੇ ਰੈੱਡ, ਕਿਉਂਕਿ ਰੈੱਡ ਰੰਗ ਲੈ ਲਈ ਮਰੂਤੀ ਲਾਲ ਚਾਚੇ ਜਰਨੈਲ ਨੇ, ਉਹ ਲੈ ਲਈ ਮਰੂਤੀ ਲਾਲ ਚਾਚੇ ਜਰਨੈਲ ਨੇ। ਇਹਦੇ ਵਿੱਚ ਕਿਹੜੀ 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 ਕਿਹੜੀ। ਸੋ ਇਹਦਾ ਰੰਗ ਤਾਂ ਓਕੇ ਹੋ ਗਿਆ ਬਾਈ, ਅਤੇ ਆਪਾਂ ਜੀ ਕੁਛ ਬੋਨੇਟ ਵਾਲੀ ਗੱਲਬਾਤ ਕਾਲੀ ਨਾ ਛੱਡਣੀ ਯਾਰ, ਹਾਂ ਸਹੀ ਰਹਿਣੀ ਆ, ਰੈੱਡ ਦੇ ਨਾਲ ਵਧੀਆ ਲੱਗਣੀ ਆ। ਵਾਹ ਕੀ ਹੋ ਗਿਆ, ਪੇਂਟ ਕਰ ਦਿਆ ਲੱਗਿਆ ਓਕੇ। ਇਹਦੇ ਵਿੱਚ ਮੈਨੂੰ ਲੱਗਦਾ ਮਿਰਰ ਦਾ ਹੈ ਨਹੀਂ, ਪਹਿਲੀ ਕਹਿੰਦੇ ਬਲੈਕ ਆ, ਇਹਦੀ ਚੈਸੀ ਜਿਹੜੀ ਹੈਗੀ ਆ ਉਹ ਵੀ ਇਹੀ ਆ, ਸਕਰਟ ਜਿਹੜੇ ਇਹਦੇ ਹੈਗੇ ਆ ਬਸ ਉਹੀ ਆ ਜਿਹੜੇ ਵੀ ਦਿਖਾਏ ਗਏ ਆ। ਸੋ ਇਹਦਾ ਆਪਾਂ ਬਈ ਰੰਗ ਹਲਕਾ ਜਿਹਾ ਰੈੱਡ ਰੱਖਦੇ, ਕਿਉਂਕਿ ਵਧੀਆ ਲੱਗਦਾ ਪਿਆ ਨਾ, ਕਿਉਂਕਿ ਇਹ ਤਾਕੀ ਆ ਤਾਕੀ ਤਾਕੀ ਓਕੇ ਇਹਦੀ ਗੱਲਬਾਤ ਹੈ। ਇਹ ਵੀ ਸ਼ਰਬਤੀ ਜੀ ਰੱਖੋ, ਸ਼ਰਬਤੀ ਘੈਂਟ ਲੱਗਦੀ ਜੀ ਆ। ਸੁੱਕੇ ਰਿਪੋਰਟ ਆ ਬਾਈ, ਸੇਵ ਕਰਦੇ ਆਪਾਂ ਕਰੰਟ ਕਰਕੇ ਚੱਲਦੇ ਆ ਫੋਰਜ਼ਾ ਹੋਰੀਜ਼ਨ ਦੇ ਆ। ਅਪਗ੍ਰੇਡ ਤੇ ਆਪਾਂ ਲੈ ਕੇ ਚੱਲਦੇ ਆ ਬਰੋ ਇਹਨੂੰ ਸੜਕ ਦੇ ਉੱਤੇ ਮੇਨ ਹਾਈਵੇ ਦੇ ਉੱਤੇ। ਕਿੱਥੋਂ ਬਾਈ ਵੇਟ ਕਰ ਬੜੀ ਜਲਦੀ ਪੈਸੇ ਕਿਹਾ ਕਰੇ ਕਰੋ ਬਾਈ, ਚੈੱਕ ਹੋ ਆਪਣੀ ਮਰੂਤੀ 800 ਬਣ ਚੁੱਕੀ ਆ, ਬਣ ਕੀ ਬਣ ਚੁੱਕੀ ਆ ਬਾਈ। ਦਾ ਇੰਟੀਰੀਅਰ ਜਿਹੜਾ ਹੈ ਨਾ ਚੈੱਕ ਕਰੋ, ਇਹਨੂੰ ਗੱਲਬਾਤ ਉਹੀ ਛੱਡੀ ਆ ਵੀ ਇਹ ਜਿਹੜੀ ਵੀ ਗੱਡੀ ਆ ਨਾ, ਜਿਹੜਾ ਵੀ ਗੱਡੀ ਦਾ ਮਾਡਲ ਪਾਇਆ ਹੋਇਆ, ਜਿਹੜੀ ਵੀ ਗੱਡੀ ਆ ਬਾਈ ਉਹ ਹਿਸਾਬ ਨਾਲ ਬਣਾਇਆ ਹੋਇਆ, ਡਿਜ਼ਾਇਨ ਕੀਤਾ ਹੋਇਆ ਕਿ ਜੇ ਹਿਸਾਬ ਦਾ ਸਮੇਂ ਦੇ ਪੂਰਾ ਹੁੰਦਾ। ਜਦੋਂ ਵੀ ਉਹ ਲੌਂਚ ਹੋਈ ਸੀ ਉਹਦੇ ਵਿੱਚ ਕੀ ਗੱਲਾਂ ਪਈ ਸੀ, ਸਪੈਸ਼ਲਿਟੀ ਸੀਗੀ ਜਿਹਦੇ ਕਰਕੇ ਬਾਈ ਗੱਡੀ ਉਹ ਬਣਦੀ ਹੈ। ਆਪਾਂ ਹੁਣ ਗੱਡੀ ਨੂੰ ਭੰਦਣਾ ਬਾਈ, ਅੱਡੀ ਪਹਿਲਾਂ ਆਪਾਂ ਚੈੱਕ ਕਰਦੇ ਆਪਾਂ ਚੱਲਦੇ ਹਾਂ ਬਹਿ ਵੱਲ, ਮੈਨੂੰ ਮੈਪ ਲਾ ਲੈਂਦੇ ਉਹ ਆਪਣੇ ਦੂਜੇ ਘਰ ਜਾ ਕੇ ਇਹਨੂੰ ਆਪਾਂ ਗਰਾਸ ਵਿੱਚ ਖੜੀ ਕਰਨਾ ਉਹ ਕਿੱਥੇ ਚੱਲਿਆ ਰੂ। ਸੋ ਬਾਈ ਆਪਣਾ ਇੱਕ ਥਾਂ ਹੈਗਾ ਆਹ ਵਾਲਾ ਕਿੰਗ ਫਿਸ਼ਰ ਸਕੋਟੇਜ, ਓਕੇ ਆਪਣਾ ਆਹ ਵਾਲੇ ਪਾਸੇ ਨਾ ਆਪਾਂ ਰੱਖਿਆ ਸੀਗਾ। ਸੋ ਆਪਾਂ ਨੂੰ ਜਾਣਾ ਪੈਣਾ ਇੱਥੇ ਇਹਨੇ ਗੱਡੀ ਪਤਾ ਕਿਹੜੀ ਆ ਸੂਗਾ ਨਹੀਂ ਬਾਈ, ਗੱਡੀ ਤਾਂ ਬਣਾ ਪਤਾ ਹੀ ਦਿੱਤਾ ਅਪਗ੍ਰੇਡ ਕਰਕੇ। ਲੈ ਲਈ ਮਰੂਤੀ ਲਾਲ ਚਾਚੇ ਜਰਨੈਲ ਨੇ, ਲੈ ਲਈ ਮਰੂਤੀ ਲਾਲ ਚਾਚੇ ਜਰਨੈਲ ਨੇ। ਲੈ ਕੇ ਜਾਂਦੇ ਹਾਂ ਆਪਣੇ ਘਰੇ ਅਤੇ ਉੱਥੇ ਕਰ ਲਿਆ ਆਪਾਂ ਗਰਾਜ ਵਿੱਚ ਖੜੀ। ਉਹ ਆਪਾਂ ਹੁਣ ਗੱਲਬਾਤ ਹੈਗੀ ਆ ਵੀ ਗਰਮ ਲੱਗ ਜਿਹੜੀ ਸਾਰੇ ਲੱਗਦੀ ਬਾਈ, ਗੱਡੀ ਨੂੰ ਆਪਾਂ ਸੰਭਾਲ ਕੇ ਲੈ ਜਾਣਾ ਪੈਣਾ, ਜੇ ਮਾੜੀ ਗੱਡੀ ਵੀ ਖੜੋ ਚਾਹੀਦੀ ਨਾ ਉੱਥੇ ਦੁਬਾਰਾ ਕੋਈ ਬਣ ਜਾਣਾ ਮੈਨੂੰ ਗਰਾਜ ਦੇ, ਗਰਾਜ ਆਪਣਾ ਹੈਗਾ ਇੱਧਰਲੇ ਪਾਸੇ, ਮਤਲਬ ਜਿਹੜੀ ਸ਼ੋਪ ਆਪਾਂ ਗੇਟ ਕਰਾ ਕੇ ਲੈ ਕੇ ਆਏ ਹਾਂ।
ਵਾਜੀ ਬਸ ਬਾਜੀ ਪਿਕਅਪ ਹੈਗੀ ਹੈ ਜੀ, ਪਿਕਅਪ ਹੈਗੀ ਹੈ ਗੱਲਬਾਤ ਜੀ। ਐਵੇਂ ਜੀ ਬਾਈ ਕਹਿੰਦੇ ਇਹਨੂੰ ਮਰੂਤੀ ਆਖੀ ਓਏ ਇੰਨੀ ਵੀ ਨਹੀਂ ਫਿੱਟ ਲੱਗਦੀ ਨਹੀਂ ਭਈਆ, ਇਹ ਤਾਂ ਸੰਭਾਲ ਨਹੀਂ ਹੋ ਰਹੀ ਮਾਰੇ ਜੇ। ਕਿਆ ਵਾਲ ਹੈ ਉਸਤਾਦ, ਗੱਡੀ ਘੈਂਟ ਆ ਮਰੂਤੀ ਆਖੋ। ਕੋਈ ਲਾਈਕ ਸਬਸਕ੍ਰਾਈਬ ਕਰ ਦਿਓ ਯਾਰ, ਜੇ ਮੈਂ ਵੀਡੀਓ ਪਾਣੀ ਨਹੀਂ ਸੀ, ਪਰ ਮੇਰੇ ਨਾ ਜਿਹੜੇ ਫੈਨ ਸੀਗੇ ਕਹਿੰਦੇ ਬਾਈ ਸਾਡੀ ਵੀਡੀਓ ਕਾਹਨੂੰ ਨਹੀਂ ਆ ਰਹੀ ਆ। ਅਤੇ ਬਾਈ ਮੈਂ ਨਾ ਪਿਛਲੇ ਹਫ਼ਤੇ ਦੇਖਿਆ ਸੀ ਕਿ ਮੇਰੇ ਨਾ 80 ਸਬਸਕ੍ਰਾਈਬਰ ਸੀਗੇ। ਮੈਨੂੰ ਬਾਈ ਇੱਕ ਨਾ ਤੈਨੂੰ ਪਤਾ ਜਿਹੜੀ ਕਹਿੰਦੇ ਨਾ ਕਿ ਸੂਰਜ ਦੀ ਕਿਰਨ ਆ ਦਿੰਦੀ ਆ, ਅਤੇ ਕਹਿੰਦੀ ਤੂੰ ਵੀਡੀਓ ਪਾ ਮੇਰੀ ਵੀਡੀਓ ਚੜੂੰਗੀ ਆ। ਅਤੇ ਉਹੀ ਕਿਰਨ ਨੇ ਮੈਨੂੰ ਨਾ ਜਾਗਰੂਕ ਕੀਤਾ, ਅਤੇ ਮੈਂ ਉਸੇ ਦਾ ਵੀ ਕਰਨ ਲੱਗਿਆ। ਅਤੇ ਜਾਗਰੂਕਤਾ ਦੇ ਨਾਲ ਸਫਲਤਾ ਮਿਲਦੀ ਆ, ਸਫਲਤਾ ਦੇ ਨਾਲ ਜਾਗਰੂਕਤਾ ਨਹੀਂ ਮਿਲਦੀ। ਉਸ ਹਿਸਾਬ ਨਾਲ ਬਾਈ ਮੇਰੇ 80 ਸਬਸਕ੍ਰਾਈਬਰ ਸੀਗੇ ਪਿਛਲੇ ਹਫ਼ਤੇ, ਅਤੇ ਤੁਹਾਡੀ ਸਪੋਰਟ ਦੇ ਨਾਲ ਹੈ ਨਾ ਮੇਰੇ ਸਬਸਕ੍ਰਾਈਬਰ ਵੱਧ ਚੁੱਕੇ ਆ। ਅਤੇ ਉਸ ਹਿਸਾਬ ਨਾਲ ਮੈਂ ਨਾ ਵੀਡੀਓ ਆਪਣੀ ਲਾਇਆ ਕਰਨੀ ਆ, ਜੇ ਤੁਹਾਨੂੰ ਸਬਸਕ੍ਰਾਈਬਰ ਵੱਧਦੇ ਆ ਚਲੋ ਵੱਧਦੇ ਆ, ਹੌਲੀ ਹੌਲੀ ਕਮੀ ਹੋਊਗਾ ਵੀਡੀਓ ਤਾਂ ਵਧਾਂਗੇ ਵਧਣਗੇ। ਅਤੇ ਬਾਈ ਮੇਰੇ 80 ਸਬਸਕ੍ਰਾਈਬਰ ਤੋਂ 81 ਸਬਸਕ੍ਰਾਈਬਰ ਹੈਗੇ ਨੇ ਮੇਰੇ ਨਾ ਮਨ ਦੇ ਵਿੱਚ ਜਾਗਰੂਕਤਾ ਦੀ ਕਿਰਨ ਉੱਠੀ, ਅਤੇ ਕਹਿੰਦੀ ਕਹਿੰਦੀ ਤੂੰ ਵੀਡੀਓ ਪਾ। ਅਤੇ ਬਾਈ ਮੈਂ ਵੀਡੀਓ ਪਾ ਰਿਹਾ, ਮੈਂ ਦੇਖ ਸਬਸਕ੍ਰਾਈਬ ਕਰ ਦਿਓ ਯਾਰ, ਲਾਈਕ ਕਰ ਦਿਓ ਚੈਨਲ ਨੂੰ, ਚੈਨਲ 'ਤੇ ਵੀਡੀਓ ਦੇਖ ਲਿਆ ਕਰੋ ਯਾਰ, ਬਹੁਤ ਟਾਈਮ ਲੱਗਦਾ। ਬਾਈ ਮਰੂਤੀ ਆਪਣੀ ਘੈਂਟ ਕਰਦੀ ਸੀ ਯਾਰ, ਸਾਰੀਆਂ ਗੱਡੀਆਂ ਨੂੰ ਉੱਥੇ ਸਰ ਰਹੀ ਆ, 4x2 ਗੱਡੀ ਕੱਢਦੀ ਆ ਉੱਥੇ ਨੂੰ, 4x2 ਦੀ ਗੱਡੀ ਸਪੀਡ ਕਟਰੋ ਬਾਈ ਕਿੱਥੇ ਜਾ ਰਹੀ ਆ, ਪਹਿਲਾਂ ਤਾਂ ਬਾਈ 120 ਨੂੰ ਵੀ ਟੱਪਦੀ ਸੀ, ਹੁਣ ਲਗਾ 300 ਤੱਕ ਪੈਜੂ, ਕਿਵੇਂ ਗੇਅਰ ਕਰ ਗਿਆ ਉਹ, ਬਸ ਗੇਅਰ ਵੀ ਕਿਵੇਂ ਚੇਂਜ ਕਰ ਲਿਆ ਆਪਾਂ, ਮੈਂ ਕਹਿੰਦਾ ਚਾਰ ਮਿੰਟ ਹੋਏ ਪੰਜ ਵਾਰੀ ਬਸ ਸੀਗਾ, ਅਤੇ ਇਹ ਤਾਂ ਉੱਥੇ ਚੁੱਲੇ ਆ ਗਏ। ਉਹ ਉੱਥੇ ਤਾਂ ਮੂਨ ਬ੍ਰੇਕ ਦੀ ਗੱਲਬਾਤ ਵੀ ਘੈਂਟ ਹੋ ਰਹੀ ਆ। ਟਰਨ ਰਾਈਟ ਤੋ ਸਾਰੇ ਦੇਖ ਕੇ ਕਰਾਂ ਗੱਲਾਂ ਵਿੱਚ ਨਾ, ਇੱਕ ਵਾਰੀ ਜੇ ਖਰਾਬ ਹੋ ਗਈ ਨਾ ਗੱਡੀ, ਬੇਕਾਰ ਹੋ ਜਾਂਦੀ ਆ ਜਿੱਦਾਂ ਸਰਕਾਰ ਵਿੱਚ ਬਾਈ ਤੂੰ ਬਾਹਰ ਕੇ ਨਾ ਕੰਮ ਖਰਾਬ ਹੋ ਜਾਣਾ ਹੈ। ਇੱਧਰ ਕਿਹੜਾ ਘਰ ਆ ਗਿਆ ਮੇਰਾ, ਇੱਧਰ ਕਿਹੜਾ ਘਰ ਆ ਗਿਆ ਮੇਰਾ, ਸਟੋਰੀ ਦੀ ਬਹੁਤ ਹੁੰਦੀ ਇੱਕ ਜੇ ਇਹਦੇ ਵਿੱਚ ਮੈਂ ਦੇਖੋ ਇੱਕ ਗੱਲਬਾਤ ਆ ਵੀ ਇਹ ਨਾ ਸ਼ੋਰਟ ਕੱਟ ਹੋਵੇ ਨਾ, ਸ਼ੋਰਟ ਕੱਟ ਤੋਂ ਵੀ ਰਸਤੇ ਕੱਢ ਦਿੰਦੀ ਆ, ਗੱਲਬਾਤ ਵੀ ਯਾਰ ਕੰਮ ਖਰਾਬ ਹੀ ਆ ਜਾਂਦੀ ਆ। ਮੱਡੀ ਏਰੀਏ ਵਿੱਚ ਕਰਾ ਲਿਆ ਮੈਂ ਗੱਡੀ, ਮੈਂ ਕੰਮ ਆਪਣੀ ਕਰਾ ਗੱਡੀ ਆ, ਇਹਦਾ ਬਈ ਸੋਚਣ ਦਾ ਧਿਆਨ ਲਾ ਰਹੀ ਆ, ਕਾਫੀ ਨੱਚੀ ਆ ਰਹੀ ਆ ਇਹਦਾ ਜਿਹੜੀ ਆ, ਅਸਲ ਇਹ ਤਾਂ ਸੋਚਾਂ ਮੈਂ ਪਿਛਲੀ ਵਾਰ ਕਰਾਈ ਸੀ, ਹੋਰ ਅਤੇ ਅਪਗ੍ਰੇਡ ਕਰਾ ਲਈ ਨਾ ਮੈਂ ਇੱਡੀ ਸ਼ੋਰਟਕੱਟ ਪਾ ਲਿਆ, ਭਰਾਵਾ ਉੱਪਰ ਇਹ ਕਿਹੜੇ ਚੜ੍ਹਾਈ ਤੇ ਮਤਲਬ ਅਪਗ੍ਰੇਡ ਕਰ, ਅਪਗ੍ਰੇਡ ਕਰਾਉਣ ਤੋਂ ਪਹਿਲਾਂ ਦੀ ਗੱਲ ਆ ਅਪਗ੍ਰੇਡ ਕਰਾਉਣ ਤੋਂ ਪਹਿਲਾਂ ਹੀ ਗੱਲ ਆ, ਜਿਹੜੀ ਮੇਰੀ ਗੱਡੀ ਸੀ ਬਾਈ ਟੋਯੋਟਾ ਸੁਪਰਾ ਹੈ ਨਾ, ਉਹ ਤਾਂ ਇੱਥੇ ਪਹਾੜੀ ਤੋਂ ਵੀ ਕਰਦੀ ਸੀ ਕਿਉਂਕਿ ਸਸਪੈਂਸ਼ਨ ਬਹੁਤ ਲੋਅ ਸੀਗਾ, ਉਹਦਾ ਸਸਪੈਂਸ਼ਨ ਲੋਅ ਹੋਣ ਦੇ ਕਾਰਨ
ये मारो करके ये कहां पर मारो ओके भाई आप आपने गैराज में चप्पल नु खड़ा कर खड़ी करेंगे उन्हें घुमा के ला दिया तो ये भी खाने ओ भाई कुर्सियां में रखी है रात में मूड हो जाता है कि बंदे ग्यारह बजे के नाम से जाना तो इतने रोक भाई यदि हैंड ब्रेक छिड़ती है तो मैं थोड़ा चेक करा अपनी गड्डी गड्डी किदा अपग्रेड कराई आप वे देखे 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 भाई यही गलबात सी जेड़े की आप इस घर में आए हैं ना जिनी मैं रेता साफ की किसी उस दुकली रेता से लागू ਵੀ ਗੱਡੀ ਫਿਲਹਾਲ ਦੇ ਲਈ ਆਪਾਂ ਧੋਣ ਧੂਣ ਦੇ ਕੰਮ ਹੋ ਜਾਣੀ ਹੈ ਟੈਨਸ਼ਨ ਨਹੀਂ ਲੈਣੀ ਕਿਉਂਕਿ ਧੋ ਕੇ ਸੈੱਟ ਹੋਈ ਨਹੀਂ ਹੈ ਅਤੇ ਜਿਹੜਾ ਆਪਾਂ ਕੰਮ ਜ਼ਿਆਦਾ ਸੀਗਾ ਉਹ ਤਾਂ ਆਪਾਂ ਖਰਾਬ ਕੀਤਾ ਸੀ ਉਹ ਕਰ ਲਿਆ ਆਪਾਂ ਸਹੀ ਬਾਈ ਆਹ ਚੈੱਕ ਕਰੋ ਜਿਹੜਾ ਪੱਟਾ ਲੱਗਾ ਪਿਆ ਨਾ ਪਿੱਛੇ ਚਿੱਕੜ ਤੋਂ ਬਚਾਉਣ ਨੂੰ ਗੱਡੀ ਦਾ ਇਹ ਬਾਈ ਇਹ ਵੀ ਰੀਅਲ ਲੱਗਦਾ ਪਿਆ ਮੈਨੂੰ ਲਾਇਆ ਪਿਆ ਉਸ ਹਿਸਾਬ ਨਾਲ ਹੀ ਗੱਡੀ ਦੇ ਹਿਸਾਬ ਨਾਲ ਯਾਰ ਨਾਮ ਮੇਰਾ ਚੇਂਜ ਹੋਇਆ ਨਾਮ ਮੈਂ ਚੇਂਜ ਕਰੂੰਗਾ ਨਾਮ ਮੈਂ ਜੋ ਚੇਂਜ ਕਰਦਾ ਨਾ ਕੰਮ ਖਰਾਬ ਹੋ ਜਾਂਦਾ ਨਾ ਮੇਰਾ ਦੂਜੀ ਗੱਡੀ ਦੇ ਸਹੀ ਸੀਗਾ ਦੋ ਚੰਡੀ ਦੇ ਪਰ ਇੱਥੇ ਜਿਵੇਂ ਬੋਰਡਿੰਗ ਕਰਨੀ ਬੜੀ ਪੇ ਕਰਾਂਗੇ ਫਿਲਹਾਲ ਦੇ ਲਈ ਬਾਈ ਤੁਸੀਂ ਆਪਣਾ ਹਾਊਸ ਵੀ ਚੈੱਕ ਕਰੋ ਕਿਹਦੇ ਲਈ ਸਾਹਮਣੇ ਉਹ ਆ ਗਈ ਹੋਇਆ ਇਸ ਗੋਇੰਗ ਓਵਰ ਹੇਅਰ ਚੋਕੇ ਬੋੜਾ ਬਾਈ ਜੀ ਆਪਾਂ ਨੂੰ ਗਰਾਜ ਦੇ ਵਿੱਚ ਕਰਦੇ ਖੜੀ ਅਤੇ ਆਪਾਂ ਚੱਲਦੇ ਹਾਂ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਇੱਕ ਹੋਰ ਨਵੀਂ ਗੱਡੀ ਅਪਗ੍ਰੇਡ ਸੋ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ 'ਤੇ ਯਾਰ ਜਿੰਨੇ ਵੀ ਹੈਗੇ ਸਬਸਕ੍ਰਾਈਬ ਮੇਰਾ ਭਰਾ ਕਰਕੇ ਦਿਓ ਸਾਡਾ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਦੇਖਣ ਦੇ ਲਈ